10 मई ਨੂੰ ਹੋਣ ਵਾਲੇ ਚੋਣਾਂ ਨੂੰ ਲੈ ਕੇ ਜਿੱਥੇ ਖੜਾ ਪਖਿਆ ਉੱਥੇ ਅੱਜ ਫਲੋਰ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪਹੁੰਚੇ ਹਨ ਜਿੱਥੇ ਅੱਜ ਉਹ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਉਸ ਤੋਂ ਪਹਿਲਾਂ ਫਲੋਰ ਤੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਲੀਡਰ ਜੋ ਕਿ 2017 ਵਿੱਚ ਆਮ ਪਾਰਟੀ ਤੋਂ ਇਲੈਕਸ਼ਨ ਵੀ ਲੜੇ ਨੇ ਵਿਧਾਨ ਸਭਾ ਫਲੋਰ ਦਾ ਕਾਫੀ ਮਾਰਜਨ ਵੋਟਾਂ ਲੈ ਕੇ ਗਏ ਅੱਜ ਸਰੂਪ ਸਿੰਘ ਜੀ ਕੜਿਆਣਾ ਅੱਜ ਆਪਣੀ ਲੋਕ ਇਨਸਾਫ ਪਾਰਟੀ ਨੂੰ ਵਾਲਾ ਵਿਧਾਇਕ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਸ਼ਾਮਲ ਹੋ ਗਏ ਨੇ ਸਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕਰ ਲਿਆ ਨਹੀਂ ਵੀਰੇ ਮੈਂ ਜੁਆਇਨ ਨਹੀਂ ਕੀਤਾ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਬਣਿਆ ਮੈਂ ਕੇਵਲ ਤੇ ਕੇਵਲ ਡਾਕਟਰ ਸੁਖੀ ਜੀ ਦੇ ਨਾਲ ਮੇਰੇ ਪਰਸਨਲੀ ਸਬੰਧ ਬਹੁਤ ਚੰਗੇ ਨੇ ਤੇ ਉਹਨਾਂ ਬਾਕੀ ਉਮੀਦਵਾਰਾਂ ਦੇ ਵਿੱਚੋਂ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਥੋੜਾ ਅਲੱਗ ਤੋਂ ਦੇਖਿਆ ਅਸੀਂ ਕੇਵਲ ਤੇ ਕੇਵਲ ਇਸ ਜ਼ਿਮਨੀ ਚੋਣ ਦੇ ਵਿੱਚ ਡਾਕਟਰ ਸੁਖੀ ਜੀ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਬਲਕਿ ਮੈਂ ਨਾ ਅਕਾਲੀ ਦਲ ਜੁਆਇਨ ਕੀਤਾ ਨਾ ਮੈਂ ਬਹੁਜਨ ਸਮਾਜ ਪਾਰਟੀ ਜੁਆਇਨ ਕੀਤੀ ਤੁਸੀਂ ਆਪਣੇ ਵੱਲੋਂ ਸਮਰਥਨ ਜਾਰੀ ਕਰ ਦਿੱਤਾ ਹੈ ਕਿ ਤੁਸੀਂ ਜੁਆਇਨਿੰਗ ਨਹੀਂ ਕੀਤੀ ਕਿ ਤੁਸੀਂ ਹੁਣ ਐਜ਼ ਇੱਕ ਇੰਡੀਵਿਜੂਅਲ ਸਮਰਥਨ ਦੇ ਰਹੇ ਹੋ ਕਿਸੇ ਪਾਰਟੀ ਵੱਲੋਂ ਦੇ ਰਹੇ ਹੋ ਬਿਲਕੁਲ ਮੈਂ ਲੋਕ ਇਨਸਾਫ ਪਾਰਟੀ ਦਾ ਹਿੱਸਾ ਇਸ ਟਾਈਮ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਜਿਹੜਾ ਫੈਸਲਾ ਲਿਆ ਸਾਡੀ ਸਾਰੀ ਟੀਮ ਉਸ ਫੈਸਲੇ ਨਾਲ ਸਹਿਮਤ ਨਹੀਂ ਹੈ ਤੇ ਉਹ ਜਿੰਨੇ ਸਾਡੇ ਭਾਈ ਭਰਾ ਉਸ ਫੈਸਲੇ ਨਾਲ ਸਹਿਮਤ ਨਹੀਂ ਹੈ ਉਹਨਾਂ ਸਾਰਿਆਂ ਦਾ ਸਮਰਥਨ ਜਿਹੜਾ ਅਸੀਂ ਜਲੰਧਰ ਜਿਮਨੀ ਚੋਣ ਤੋਂ ਡਾਕਟਰ ਸੁਖਵੀਰ ਜੀ ਨੂੰ ਦਿੱਤਾ ਅਸੀਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੈ ਇੰਡੀਵਿਜੂਅਲੀ ਤੌਰ ਤੇ ਹਿੱਸਾ ਸਰ ਅੱਜ ਤੱਕ ਜਿਹੜਾ ਸੀਗਾ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਬੇਅਦਬੀਆਂ ਦਾ ਦੋਸ਼ੀ ਮੰਨਦੇ ਸੀ ਕੀ ਲੱਗਦਾ ਕਿ ਅੱਜ ਤੁਸੀਂ ਜੁਆਇਨਿੰਗ ਕੀਤੀ ਆ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤੁਹਾਡਾ ਪਹਿਲੇ ਦਾ ਮੈਸੇਜ ਸੀ ਲੋਕਾਂ ਲਈ ਉਹ ਗਲਤ ਸੀ ਕਿ ਅੱਜ ਸਹੀ ਹੈ ਤੁਹਾਡਾ ਵਾਰ ਵਾਰ ਸ਼ਬਦ ਜਿਹੜਾ ਜੁਆਇਨਿੰਗ ਆ ਰਿਹਾ ਮੈਂ ਦੇਖੋ ਉਹ ਨਹੀਂ ਸਰ ਮੈਂ ਬੇਅਦਬੀਆਂ ਨੂੰ ਲੈ ਕੇ ਕਹਿ ਰਿਹਾ ਦੇਖੋ ਜਿਹੜੇ ਵੀ ਉਹ ਸਬਜੈਕਟ ਨੇ ਹੁਣ ਮੈਂ ਇਸੇ ਲਈ ਤਾਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਿਆ ਮੈਂ ਅਕਾਲੀ ਦਲ ਜੁਆਇਨ ਥੋੜੀ ਕੀਤਾ ਨਹੀਂ ਨਹੀਂ ਬੇਅਦਬੀਆਂ ਨੂੰ ਲੈ ਕੇ ਕੀ ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਨਹੀਂ ਜਿਹੜਾ ਬੇਅਦਬੀ ਦਾ ਹੈਗਾ ਮੁੱਦਾ ਉਹ ਆਪਣੇ ਕੋਰਟ ਦੇ ਵਿੱਚ ਚੱਲ ਰਿਹਾ ਕੋਰਟ ਦੇ ਵਿੱਚ ਚਾਰ ਸਿੱਟਾਂ ਬੈਠੀਆਂ ਉਹਨਾਂ ਸਿੱਟਾਂ ਦੇ ਵਿੱਚ ਜਿਹੜੇ ਜਿਹੜੇ ਨਾਮ ਆਏ ਆ ਉਹਦੇ ਉੱਤੇ ਸਰਕਾਰ ਨੂੰ ਜਲਦੀ ਕੰਮ ਕਰਨਾ ਚਾਹੀਦਾ ਉਹਦੇ ਉੱਤੇ ਨਾਮ ਬਾਦਲ ਸਾਹਿਬ ਬਹਾਦਰ ਨੂੰ ਦਿੱਲੀ ਦੇ ਕਰਨਾ ਚਾਹੀਦਾ ਕੰਮ ਸਰਕਾਰ ਨੂੰ ਬਿਲਕੁਲ ਕਰਨਾ ਚਾਹੀਦਾ ਜਿਹੜੇ ਜਿਹੜੇ ਦੋਸ਼ੀ ਆ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਗਏ ਚਾਰ ਸਿੱਟਾਂ ਦੇ ਵਿੱਚ ਮੈਂ ਕਹਿੰਦਾ ਮੇਰਾ ਸਗਾ ਭਰਾ ਹੋਵੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ ਜਿਹਦਾ ਜਿਹਦਾ ਵੀ ਨਾਮ ਆਇਆ ਸਰਕਾਰ ਉੱਤੇ ਕੰਮ ਕਰੋ ਸਰਕਾਰ ਨੂੰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਇਹਨਾਂ ਦਾ ਕਹਿਣਾ ਕਿ ਬੇਅਦਬੀ ਵਿੱਚ ਜਿਹਦਾ ਵੀ ਨਾਮ ਆਇਆ ਉੱਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ 10 ਮਈ ਨੂੰ ਹੋਣ ਵਾਲੇ ਚੋਣਾਂ ਨੂੰ ਲੈ ਕੇ ਜਿੱਥੇ ਖੜਾ ਪਖਿਆ ਉੱਥੇ ਅੱਜ ਫਲੋਰ 'ਚ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਪਹੁੰਚੇ ਹਨ ਜਿੱਥੇ ਅੱਜ ਉਹ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਉਸ ਤੋਂ ਪਹਿਲਾਂ ਫਲੋਰ ਤੋਂ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਲੀਡਰ ਜੋ ਕਿ 2017 ਵਿੱਚ ਆਮ ਪਾਰਟੀ ਤੋਂ ਇਲੈਕਸ਼ਨ ਵੀ ਲੜੇ ਨੇ ਵਿਧਾਨ ਸਭਾ ਫਲੋਰ ਦਾ ਕਾਫੀ ਮਾਰਜਨ ਵੋਟਾਂ ਲੈ ਕੇ ਗਏ ਨੇ ਅੱਜ ਸਰੂਪ ਸਿੰਘ ਜੀ ਕੜਿਆਣਾ ਅੱਜ ਆਪਣੀ ਲੋਕ ਇਨਸਾਫ ਪਾਰਟੀ ਨੂੰ ਵਾਲਾ ਵਿਧਾਇਕ ਹੈ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਸ਼ਾਮਲ ਹੋ ਗਏ ਨੇ ਸਰ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਜੁਆਇਨ ਕਰ ਲਿਆ ਨਹੀਂ ਵੀਰੇ ਮੈਂ ਜੁਆਇਨ ਨਹੀਂ ਕੀਤਾ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਬਣਿਆ ਮੈਂ ਕੇਵਲ ਤੇ ਕੇਵਲ ਡਾਕਟਰ ਸੁਖੀ ਜੀ ਦੇ ਨਾਲ ਮੇਰੇ ਪਰਸਨਲੀ ਸਬੰਧ ਬਹੁਤ ਚੰਗੇ ਨੇ ਤੇ ਉਹਨਾਂ ਬਾਕੀ ਉਮੀਦਵਾਰਾਂ ਦੇ ਵਿੱਚੋਂ ਮੈਂ ਉਹਨਾਂ ਦੀ ਸ਼ਖਸੀਅਤ ਨੂੰ ਥੋੜਾ ਅਲੱਗ ਤੋਂ ਦੇਖਿਆ ਅਸੀਂ ਕੇਵਲ ਤੇ ਕੇਵਲ ਇਸ ਜ਼ਿਮਨੀ ਚੋਣ ਦੇ ਵਿੱਚ ਡਾਕਟਰ ਸੁਖੀ ਜੀ ਦੇ ਹੱਕ ਦੇ ਵਿੱਚ ਸਮਰਥਨ ਦਿੱਤਾ ਬਲਕਿ ਮੈਂ ਨਾ ਅਕਾਲੀ ਦਲ ਜੁਆਇਨ ਕੀਤਾ ਨਾ ਮੈਂ ਬਹੁਜਨ ਸਮਾਜ ਪਾਰਟੀ ਜੁਆਇਨ ਕੀਤੀ ਤੁਸੀਂ ਆਪਣੇ ਵੱਲੋਂ ਸਮਰਥਨ ਜਾਰੀ ਕਰ ਦਿੱਤਾ ਹੈ ਕਿ ਤੁਸੀਂ ਜੁਆਇਨਿੰਗ ਨਹੀਂ ਕੀਤੀ ਤੁਸੀਂ ਹੁਣ ਐਜ਼ ਇੱਕ ਇੰਡੀਵਿਜੂਅਲ ਸਮਰਥਨ ਦੇ ਰਹੇ ਹੋ ਕਿਸੇ ਪਾਰਟੀ ਵੱਲੋਂ ਦੇ ਰਹੇ ਹੋ ਬਿਲਕੁਲ ਮੈਂ ਲੋਕ ਇਨਸਾਫ ਪਾਰਟੀ ਦਾ ਹਿੱਸਾ ਇਸ ਟਾਈਮ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਜਿਹੜਾ ਫੈਸਲਾ ਲਿਆ ਸਾਡੀ ਸਾਰੀ ਟੀਮ ਉਸ ਫੈਸਲੇ ਨਾਲ ਸਹਿਮਤ ਨਹੀਂ ਹੈ ਤੇ ਉਹ ਜਿੰਨੇ ਸਾਡੇ ਭਾਈ ਭਰਾ ਉਸ ਫੈਸਲੇ ਨਾਲ ਸਹਿਮਤ ਨਹੀਂ ਹੈ ਉਹਨਾਂ ਸਾਰਿਆਂ ਦਾ ਸਮਰਥਨ ਜਿਹੜਾ ਅਸੀਂ ਜਲੰਧਰ ਜਿਮਨੀ ਚੋਣ ਤੋਂ ਡਾਕਟਰ ਸੁਖਵੀਰ ਜੀ ਨੂੰ ਦਿੱਤਾ ਅਸੀਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਹੈ ਇੰਡੀਵਿਜੂਅਲੀ ਤੌਰ ਤੇ ਹਿੱਸਾ ਸਰ ਅੱਜ ਤੱਕ ਜਿਹੜਾ ਸੀਗਾ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਬੇਅਦਬੀਆਂ ਦਾ ਦੋਸ਼ੀ ਮੰਨਦੇ ਸੀ ਕੀ ਲੱਗਦਾ ਕਿ ਅੱਜ ਤੁਸੀਂ ਜੁਆਇਨਿੰਗ ਕੀਤੀ ਆ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤੁਹਾਡਾ ਪਹਿਲੇ ਦਾ ਮੈਸੇਜ ਸੀ ਲੋਕਾਂ ਲਈ ਉਹ ਗਲਤ ਸੀ ਕਿ ਅੱਜ ਸਹੀ ਹੈ ਤੁਹਾਡਾ ਵਾਰ ਵਾਰ ਸ਼ਬਦ ਜਿਹੜਾ ਜੁਆਇਨਿੰਗ ਆ ਰਿਹਾ ਮੈਂ ਦੇਖੋ ਉਹ ਨਹੀਂ ਸਰ ਮੈਂ ਬੇਅਦਬੀਆਂ ਨੂੰ ਲੈ ਕੇ ਕਹਿ ਰਿਹਾ ਦੇਖੋ ਜਿਹੜੇ ਵੀ ਉਹ ਸਬਜੈਕਟ ਨੇ ਹੁਣ ਮੈਂ ਇਸੇ ਲਈ ਤਾਂ ਕਿਸੇ ਪਾਰਟੀ ਦਾ ਹਿੱਸਾ ਨਹੀਂ ਬਣਿਆ ਮੈਂ ਅਕਾਲੀ ਦਲ ਜੁਆਇਨ ਥੋੜੀ ਕੀਤਾ ਨਹੀਂ ਨਹੀਂ ਬੇਅਦਬੀਆਂ ਨੂੰ ਲੈ ਕੇ ਕੀ ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨਦੇ ਹੋ ਕਿ ਨਹੀਂ ਜਿਹੜਾ ਬੇਅਦਬੀ ਦਾ ਹੈਗਾ ਮੁੱਦਾ ਉਹ ਆਪਣੇ ਕੋਰਟ ਦੇ ਵਿੱਚ ਚੱਲ ਰਿਹਾ ਕੋਰਟ ਦੇ ਵਿੱਚ ਚਾਰ ਸਿੱਟਾਂ ਬੈਠੀਆਂ ਉਹਨਾਂ ਸਿੱਟਾਂ ਦੇ ਵਿੱਚ ਜਿਹੜੇ ਜਿਹੜੇ ਨਾਮ ਆਏ ਆ ਉਹਦੇ ਉੱਤੇ ਸਰਕਾਰ ਨੂੰ ਜਲਦੀ ਕੰਮ ਕਰਨਾ ਚਾਹੀਦਾ ਉਹਦੇ ਉੱਤੇ ਨਾਮ ਬਾਦਲ ਸਾਹਿਬ ਬਹਾਦਰ ਨੂੰ ਦਿੱਲੀ ਦੇ ਕਰਨਾ ਚਾਹੀਦਾ ਕੰਮ ਸਰਕਾਰ ਨੂੰ ਬਿਲਕੁਲ ਕਰਨਾ ਚਾਹੀਦਾ ਜਿਹੜੇ ਜਿਹੜੇ ਦੋਸ਼ੀ ਆ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਗਏ ਚਾਰ ਸਿੱਟਾਂ ਦੇ ਵਿੱਚ
मैं कहना मेरा सगा भरा हो सरदार सुखबीर सिंह बादल हो जिदा जिदा भी नाम आया सरकार उत्ते काम करे सरकार नूं करना चाहिए बिल्कुल बिल्कुल इन्हां दा कहना कि बेअदबी च जिदा भी नाम आया उत्ते सरकार नूं काम करना चाहिए। दैनिक सवेरा लई नरेश शर्मा फलोर।